ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ, ਆਵਾਜ਼ ਪੰਜਾਬ ਦੀ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਫਗਵਾੜਾ ਦੇ ਨਜ਼ਦੀਕ ਪਿੰਡ ਝਿੜੂ ਦੇ ਵਿਖੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੂਹ ਨਗਨ ਵਾਸੀ ਅਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਬਹੁਤ ਹੀ ਸ਼ਰਧਾ ਪੂਰਵ ਦੇ ਨਾਲ ਮਨਾਇਆ ਗਿਆ, ਜਿਸ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਪਿੰਡ ਵਿੱਚ ਸੰਗਤਾਂ ਨੇ ਥਾਂ ਥਾਂ 'ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਵੀਰੋ ਰਿਪੋਰਟ, ਤਹਿਲਕਾ ਪੰਜਾਬ। ਉਸਦੇ ਉੱਤੇ ਫੱਟ ਪਰਚਾ ਹੋ ਜਾਂਦਾ। ਤੁਹਾਨੂੰ ਪਤਾ ਹੈ ਕਿ ਮਨਜੀਤ ਸਿੰਘ ਸਰਸਾ ਦਿੱਲੀ ਦਾ ਜਿਹੜਾ ਪ੍ਰਬੰਧਕ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਨੇ, ਉਹ ਕਿਸਾਨਾਂ ਲਈ ਲੰਗਰ ਬਣਾ ਕੇ ਲਿਆਉਂਦਾ ਸੀ ਤੇ ਉਸਦੇ ਉੱਤੇ ਵੀ ਸਰਕਾਰ ਨੇ ਦੋ ਪਰਚੇ ਬਣਾ ਦਿੱਤੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਦੋਂ ਨਗਾਰਾ ਵਜਾਉਣ ਦਾ ਵੀ ਕਿਸੇ ਨੂੰ ਅਧਿਕਾਰ ਨਹੀਂ ਸੀ ਤੇ ਅੱਜ ਕਿਸੇ ਨੂੰ ਲੰਗਰ ਦੀ ਸੇਵਾ ਕਰਨ ਦਾ ਵੀ ਅਧਿਕਾਰ ਸੀਗਾ। ਉਹਦੇ ਨਾਲ ਤਾਂ ਹੁਣ ਦਾ ਫਰਕ ਕੋਈ ਨਹੀਂ ਸਾਥੀਓ। ਜੋ ਕਿ ਜਿਹੜਾ ਅੰਦੋਲਨ ਸਿੱਖਾਂ ਦਾ ਚੱਲ ਰਿਹਾ, ਇਹ ਜਿਹੜਾ ਇੱਕ ਤੁਸੀਂ ਸਮਝੋਗੇ ਕਿ ਕਿਸਾਨਾਂ ਦਾ ਅੰਦੋਲਨ ਹੈ, ਕਿਸਾਨਾਂ ਦਾ ਅੰਦੋਲਨ ਨਹੀਂ। ਕਿਸਾਨਾਂ ਨਾਲੋਂ ਤੁਹਾਡਾ ਲੋਕਾਂ ਦਾ ਅੰਦੋਲਨ ਜ਼ਿਆਦਾ ਹੈ। ਤੁਸੀਂ ਟੀਵੀ 'ਤੇ ਹਮੇਸ਼ਾ ਸੁਣਦੇ ਹੋਵੋਗੇ, ਕਿਸਾਨ ਕਣਕ ਬੀਜਦਾ ਜਾਂ ਕੋਈ ਵੀ ਦਾਲ ਸਬਜ਼ੀ ਬੀਜਦਾ, ਉਹਦੇ 2 ਸਾਲ 6 ਮਹੀਨੇ ਖਾ ਜਾਊਗਾ ਤੇ ਤੁਸੀਂ ਆਪ ਦੇਖੋ ਕਿ ਤੁਸੀਂ ਹਰ ਇੱਕ ਚੀਜ਼ ਮੁੱਲ ਦੀ ਲੈਣੀ ਤੇ ਤੁਸੀਂ ਕਿੱਦਾਂ ਗੁਜ਼ਾਰਾ ਕਰੋਗੇ। ਮੈਂ ਇਹਨਾਂ ਸਾਰੀਆਂ ਬੀਬੀਆਂ ਨੂੰ, ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਅੰਦੋਲਨ ਦੇ ਵਿੱਚ ਇਹ ਨਹੀਂ ਕੋਈ ਮਾਇਆ ਦੇ ਨਾਲ ਕਿਸੇ ਤਰ੍ਹਾਂ ਵੀ ਸਵੇਰੇ ਉੱਠ ਕੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਉਹਨਾਂ ਕਿਸਾਨਾਂ ਦੀ ਜਿਹੜਾ ਮੋਰਚਾ ਲਾਇਆ ਉਹਨਾਂ ਦੀ ਫਤਿਹ ਹੋਵੇ। ਇਸ ਕਰਕੇ ਆਪਾਂ ਵੀ ਇੰਨੀ ਚੀਜ਼ ਦੀ ਸਹਿਯੋਗ ਪਾ ਸਕਦੇ ਹਾਂ ਕਿਉਂਕਿ ਹਾਲਾਤ ਬੜੇ ਮਾੜੇ ਆ, ਤੁਹਾਨੂੰ ਪਤਾ ਤੁਸੀਂ ਪੜ੍ਹੇ ਲਿਖੇ ਮੁੰਡੇ ਆ। ਇਸ ਕਰਕੇ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਇਹਦੇ ਸਵੇਰੇ ਉੱਠ ਕੇ ਮੂੰਹ ਕਰਕੇ ਉਧਰ ਸੱਚੇ ਪਾਤਸ਼ਾਹ ਕਿਸਾਨਾਂ ਦਾ ਮੋਰਚਾ ਜਿਹੜਾ ਇੱਕ ਨਾਣਾ ਹੋ ਗਿਆ ਕਿਸਾਨਾਂ ਦਾ, ਲੇਕਿਨ ਜਿਹੜਾ ਮੋਰਚਾ ਸਾਰੀ ਇੰਡੀਆ ਦਾ ਆ, ਜਿਹੜੇ ਆਮ ਜਾਤੀ ਆ, ਕੋਈ ਵੀ ਜਾਤੀ ਆ, ਕਿਉਂਕਿ ਰੋਟੀ ਦਾਲ ਪਾਣੀ ਅੰਨ ਉਹਨਾਂ ਨੇ ਖਾਣਾ। ਇਸ ਕਰਕੇ ਸਾਰਿਆਂ ਦਾ ਹੱਕ ਬਣਦਾ ਮੋਢੇ ਨਾਲ ਮੋਢਾ ਲਾ ਕੇ ਇਸ ਆਪਾਂ ਮੋਰਚੇ ਨੂੰ ਕਾਮਯਾਬ ਕਰਨਾ। ਦੋ ਦਿਨ ਮੇਰੀ ਆਪਣੇ ਗਏ ਆ ਸਾਰੇ ਇੱਥੋਂ ਬੰਦੇ, ਅੱਜ ਵੀ ਮੇਰਾ ਖਿਆਲ ਦੋ ਰੈਲੀਆਂ ਜਾ ਰਹੀਆਂ। ਇਸ ਕਰਕੇ ਮੈਂ ਬੇਨਤੀ ਕਰੂੰਗਾ ਇਹਦੇ ਵਿੱਚ ਸਾਰਾ ਸਹਿਯੋਗ ਕਰੋ। ਇੱਕ ਹੋਰ ਮੈਂ ਤੁਹਾਨੂੰ ਦੱਸਾਂ, ਇੱਕ ਚੱਲਦਾ ਮਤਲਬ ਨੈੱਟ 'ਤੇ ਚੱਲਦਾ ਆ ਕਿ ਜਿਹੜੇ ਮੀਟਰ ਲੱਗਣੇ ਆ ਉਹ ਜਿੱਤ ਵਾਲੇ ਮੀਟਰ ਲੱਗਣੇ ਆ, ਜਿੱਦਾਂ ਤੁਹਾਡੇ ਫੋਨ ਦੇ ਉੱਤੇ ਤੁਸੀਂ ਪੈਸੇ ਪਾਉਣੇ, ਫੋਨ ਚੱਲਦਾ ਨਾ, ਇੱਦਾਂ ਮੀਟਰ 'ਚ ਪਹਿਲਾਂ ਪੈਸੇ ਪੈਣਗੇ ਤੇ ਮੀਟਰ ਤੁਹਾਡਾ ਫਿਰ ਚੱਲੂਗਾ। ਜਦ ਮਰਜ਼ੀ ਉਹ ਮੀਟਰ ਨੂੰ ਕੱਟ ਲੈਣਗੇ, ਤੁਹਾਨੂੰ ਕੁਛ ਨਹੀਂ ਪਤਾ ਲੱਗੂਗਾ। ਜਦੋਂ ਕੋਈ ਵੀ ਇੱਦਾਂ ਦਾ ਕੰਮ ਹੁੰਦਾ, ਸਾਰਾ ਪਿੰਡ ਇਕੱਠੇ ਰਹੋ, ਸੁਚੇਤ ਰਹੋ, ਆਪਾਂ ਇਸ ਗੱਲ ਦੇ ਵੀ ਡੱਟ ਕੇ ਪੈਰਾਂ ਦੇਣਾ।